बाद उन्होंने कोई अनलीगल काम नहीं किया, रजिस्ट्रियां पास गवर्नमेंट ने कीतियां, उन्होंने बनते ही फीस जो दिती है प्रॉपर्टी टैक्स नक्शे उन्होंने पास आ, पानी सीवरेज का बिल वो भर रहे हैं। म्यूनसिपल कौंसल ने इतने पानी सीवरेज स्ट्रीट लाइट सड़क सारा कुछ बना के दिता, अगर अज वो अनलीगल है तो पहला लीगल किमें सी हो? सारिया जिहड़ियां दुकानां ने गईयां टुटनिया ने क्योंकि लाल रंग की मार्किंग करके प्रशासन ने छड़ी आ। तां एयरबेस के कोले दे खेतर दे विच हुंदा है भी 100 मीटर तक तुसीं कोई भी उसारी नहीं कर सकते। मुआवजा मिलेगा सानू रहने वास्ते की मिलेगा जी किथे साडा बसेबा होएगा। पर दूजे पासे कहानी यह भी आती है भी जिस तरह के नाल उसारियां चलदियां नेगियां तां जदों एयरबेस की दीवार देखते हैं तो एयरबेस की दीवार किन्ने फर्क ते आ, खैर इहनूं इह भी नहीं कह सकते हैं कि यह गलत हो रहा। चंडीगढ़ के नाल लगते खेत्र जीरकपुर की गल करिए भवात खेत्र पै जाता तो जिहड़े एयरपोर्ट ज एयरबेस के नाल बने खेत्र ने गे उहदा कई बार रौला पिया कि आखिर यह खेत्र ने जिहड़े खाली कराए जाने चाहिए ने, तो हुण इहनूं लैके ड्राइव शुरू करती आ। ਤੁਹਾਨੂੰ ਪਹਿਲਾਂ ਬਾਉਂਡਰੀ ਕੱਲੀ ਦਿਖਾ ਦਿੰਦੇ ਹਾਂ ਏਅਰਬੇਸ ਦੀ ਕਿਉਂਕਿ ਜ਼ਿਆਦਾ ਤਾਂ ਨਹੀਂ ਦਿਖਾ ਸਕਦੇ ਹੈਗੇ, ਪਰ ਆਹ ਬਾਉਂਡਰੀ ਲਾਈਨ ਹੈ ਜਿਹੜੀ ਇਹ ਏਅਰਬੇਸ ਦੀ ਹੈਗੀ। ਬਹੁਤ ਸਾਰੇ ਲੋਕ ਕਹਿੰਦੇ ਨੇ ਅਸੀਂ ਜਦੋਂ ਏਅਰਬੇਸ ਬਣਿਆ ਉਦੋਂ ਵੀ ਪਹਿਲਾਂ ਦੇ ਰਹਿੰਦੇ ਹਾਂ, ਹੁਣ ਇਹ ਬਾਉਂਡਰੀ ਲਾਈਨ ਦੇ ਨਾਲ ਹੀ ਤੁਸੀਂ ਕੈਮਰਾ ਜਦੋਂ ਘੁੰਮੂਗਾ ਦੇਖੋਗੇ ਤਾਂ ਕੁਝ ਕੁ ਜਿਹੜੇ ਦੁਕਾਨਾਂ ਨੇ ਉਹਨਾਂ ਨੂੰ ਤੋੜ ਗਏ ਨੇ ਕਿ ਅੱਜ ਨਗਰ ਕੌਂਸਲ ਦੇ ਵੱਲੋਂ ਤੋੜਿਆ ਗਿਆ ਕਿਉਂਕਿ ਕੋਰਟ ਦੇ ਹੁਕਮ ਹੋਏ ਨੇ ਅਤੇ ਨੰਬਰ ਇੱਕ ਖਤਰੇ ਦਾ ਸਾਰਿਆਂ 'ਤੇ ਲੱਗਿਆ ਦਿਖਾਈ ਦੇਊਗਾ ਤੁਹਾਨੂੰ ਇਹ ਲਾਲ ਰੰਗ ਦਾ, ਅਤੇ ਕੋਲੇ ਜਾ ਕੇ ਤੁਹਾਨੂੰ ਦਿਖਾ ਦੇਣਾ ਕਈ ਤਾਂ ਉਹ ਜਿਹੜੇ ਆਰਡਰ ਕਾਪੀ ਵੀ ਚਿਪਕਾਈ ਹੋਈ ਹੈ ਕਿਉਂਕਿ ਇਹ ਲੋਕ ਕਹਿੰਦੇ ਨੇ ਅਸੀਂ ਪਹਿਲਾਂ ਦੇ ਹਾਂ ਅਤੇ ਦੂਜੇ ਪਾਸੇ ਜਦੋਂ ਇਹ ਏਅਰਬੇਸ ਬਣ ਗਿਆ ਤਾਂ ਏਅਰਬੇਸ ਦੇ ਕੋਲੇ ਦੇ ਖੇਤਰ ਦੇ ਵਿੱਚ ਹੁੰਦਾ ਹੈ ਵੀ 100 ਮੀਟਰ ਤੱਕ ਤੁਸੀਂ ਕੋਈ ਵੀ ਉਸਾਰੀ ਨਹੀਂ ਕਰ ਸਕਦੇ। ਇੱਥੇ ਤਾਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੇਖੋ ਕਿ ਉੱਪਰ ਮੰਜ਼ਲਾਂ ਬਣ ਚੁੱਕੀਆਂ ਨੇ ਤਾਂ ਏਅਰਬੇਸ ਦੇ ਸੁਰੱਖਿਆ ਤੌਰ 'ਤੇ ਵੀ ਇਹ ਵੱਡਾ ਖਤਰਾ ਬਣ ਗਿਆ ਕਿਉਂਕਿ ਕੱਲ੍ਹ ਨੂੰ ਕੋਈ ਵੀ ਉਰੇ ਜੇਕਰ ਕੋਈ ਕਿਰਾਏ 'ਤੇ ਆ ਕੇ ਵੀ ਰਹਿ ਲਏ ਜਾਂ ਜੋ ਮਾੜੀ ਨੀਅਤ ਰੱਖਦਾ ਤਾਂ ਉਹ ਇੱਥੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀਡੀਓਗ੍ਰਾਫੀ ਜਾਂ ਫਿਰ ਅੰਦਰੋਂ ਜੇ ਕਹੀਏ ਦੇਖਣਾ ਸਾਰਾ ਕੁਛ ਕਿਉਂਕਿ ਉੱਪਰੋਂ ਨਜ਼ਰ ਪੈਂਦਾ ਹੈਗਾ। ਤੁਹਾਨੂੰ ਦਿਖਾ ਵੀ ਦਿੰਦੇ ਜੇ ਆਮ ਹੁੰਦਾ ਪਰ ਕਿਉਂਕਿ ਸਿਕਿਉਰਿਟੀ ਰੀਜ਼ਨ ਕਰਕੇ ਦਿਖਾ ਨਹੀਂ ਸਕਦੇ ਤਾਂ ਕੋਲੇ ਨੋਟਿਸ ਵੀ ਨੇ ਜਿਹੜੇ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿਉਂਕਿ ਜਿਹੜੇ ਨੋਟਿਸ ਨੇ ਉਹ ਚਿਪਕਾਏ ਹੋਏ ਨੇ ਬਕਾਇਦਾ ਤੌਰ 'ਤੇ। ਹੁਣ ਸਾਹਮਣੇ ਵਾਲੀ ਦੁਕਾਨ ਦੀ ਜੇ ਗੱਲ ਕਰ ਲਈਏ ਤਾਂ ਇਹ ਪੂਰੀ ਤੋੜਨੀ ਹੈ, ਇੱਕ ਤਰ੍ਹਾਂ ਦਾ ਜਿਵੇਂ ਕਹਿੰਦੇ ਹੁੰਦੇ ਆ ਵੀ ਇੰਨੀ ਕੁ ਤੋੜ ਕੇ ਛਾਂਟੀ ਕਰਕੇ ਤਾਂ ਛੱਡ ਗਏ ਨੇ ਕਿਉਂਕਿ ਕੱਲ੍ਹ ਨੂੰ ਇਸ ਚੀਜ਼ ਦਾ ਪ੍ਰਸ਼ਾਸਨ ਖਰਚਾ ਵੀ ਪਾਉਣ ਦਾ, ਪਰ ਨਾਲ ਨਾਲ ਅਗਲੇ ਨੂੰ ਆਇਆ ਵੀ ਤੁਸੀਂ ਸਮਾਨ ਚੱਕ ਲਓ ਅਤੇ ਨੋਟਿਸ ਦੀ ਕਾਪੀ ਹੈ ਜਿਹੜੀ ਉਹ ਟੁੱਟੇ ਹੋਏ ਪਿੱਲਰ ਦੇ ਨਾਲ ਤੁਹਾਨੂੰ ਦਿਖਾ ਦਿੰਦੇ ਕਿ ਉਹਦੇ 'ਤੇ ਲੱਗੀ ਹੋਈ ਆ। ਇਹ ਪੂਰੀ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਹੈਗੀਆਂ ਇਹ ਟੁੱਟਣੀਆਂ ਨੇ ਕਿਉਂਕਿ ਲਾਲ ਰੰਗ ਦੀ ਮਾਰਕਿੰਗ ਕਰਕੇ ਪ੍ਰਸ਼ਾਸਨ ਨੇ ਛੱਡੀ ਆ। ਨੋਟਸਾਂ ਦੀ ਜਿਹੜੀ ਕਾਪੀ ਆ ਉਹਦੇ ਉੱਤੇ ਬਕਾਇਦਾ ਤੌਰ 'ਤੇ ਤੁਸੀਂ ਦੇਖ ਲਓ ਦਫ਼ਤਰ ਨਗਰ ਕੌਂਸਲ ਜੀਤਪੁਰ ਦੇ ਵੱਲੋਂ ਲਾਈ ਹੋਈ ਆ, ਅਤੇ ਇਹਦੇ 'ਚ ਇਹ ਵੀ ਹੈ ਕਿ ਜਿਹੜੀ ਬਾਕੀ ਥਾਂ 'ਤੇ ਵੀ ਜਿਹੜੀਆਂ ਮਾਰਕਿੰਗਾਂ ਹੋਈਆਂ ਨੇ ਤਾਂ ਇਹਦੀ ਕੰਪਨਸੇਸ਼ਨ ਕੀ ਕੋਈ ਮਿਲੂਗੀ ਜਾਂ ਨਹੀਂ ਇਹ ਗੱਲ ਹਜੇ ਜਿਹੜੀ ਆ ਉਹ ਸਪਸ਼ਟ ਨਹੀਂ ਕੀ ਜਾਪਦੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇਸ ਚੀਜ਼ ਨੂੰ ਲੈ ਕੇ ਕੋਰਟ ਦੇ ਵਿੱਚ ਵੀ ਸੁਣਵਾਈਆਂ ਹੁੰਦੀਆਂ ਦਿਖਿਆ ਸੀ ਅਤੇ ਕੋਰਟ ਦੇ ਵਿੱਚ ਸਰਕਾਰ ਨੇ ਇਹ ਗੱਲ ਵੀ ਕਹੀ ਸੀ ਕਿ ਅਸੀਂ ਜਿਹੜੀ ਪਤਾ ਲੱਗੀ ਸੀ ਵੀ ਕੰਪਨਸੇਸ਼ਨ ਦੇਵਾਂਗੇ ਤਾਂ ਉਦੋਂ ਬਾਅਦ ਕੋਰਟ ਨੇ ਕਹਿਤਾ ਸੀ ਵੀ ਸਾਨੂੰ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਤੁਸੀਂ ਕੰਪਨਸੇਸ਼ਨ ਦਿੰਦੇ ਹੋ ਜਾਂ ਫਿਰ ਨਹੀਂ ਦਿੰਦੇ ਹੈਗੇ। ਇਸੇ ਤਰ੍ਹਾਂ ਦੇ ਨਾਲ ਜੇ ਕਹੀਏ ਇਹ ਪੂਰੀ ਲਾਈਨ ਦੇ ਵਿੱਚ ਤਕਰੀਬਨ 54 ਥਾਵਾਂ ਦੱਸਦੇ ਨੇਗੇ ਜਿਹਦੀ ਇਹ ਮਾਰਕਿੰਗ ਹੋਈ ਹੋਈ ਆ। ਕਈ ਲੋਕਾਂ ਨੂੰ ਸਮਝਦੇ ਤਾਂ ਕਿਉਂਕਿ ਰੈਜੀਡੈਂਸ਼ੀਅਲ ਏਰੀਆ ਵੀ ਇਹਦੇ ਵਿੱਚ ਆਉਂਦਾ, ਕਈ ਲੋਕਾਂ ਨੂੰ ਜਿਹੜਾ ਕਿਹਾ ਗਿਆ ਵੀ ਤੁਸੀਂ ਆਪਦੇ ਤੌਰ 'ਤੇ ਖਾਲੀ ਕਰ ਲਓ। ਫਿਲਹਾਲ ਤੌਰ 'ਤੇ ਇਹ ਡਰਾਈਵ ਜਿਵੇਂ ਕਹਿੰਦੀ ਵੀ 10-10 ਦੁਕਾਨਾਂ ਭਾਈ ਭਾਈ ਕਰਕੇ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਬਾਕੀ ਲੋਕ ਨੇ ਉਹ ਸਮਾਨ ਚੱਕ ਲੈਣ ਕਿਉਂਕਿ ਟੁੱਟਣੀਆਂ ਤਾਂ ਹੈ ਨੇਗੀਆਂ। ਅਤੇ ਪਰ ਦੂਜੇ ਪਾਸੇ ਕਹਾਣੀ ਇਹ ਵੀ ਆਉਂਦੀ ਹੈ ਵੀ ਜਿਸ ਤਰ੍ਹਾਂ ਦੇ ਨਾਲ ਉਸਾਰੀਆਂ ਚੱਲਦੀਆਂ ਨੇਗੀਆਂ ਤਾਂ ਜਦੋਂ ਏਅਰਬੇਸ ਦੀ ਦੀਵਾਰ ਦੇਖਦੇ ਹਾਂ ਤਾਂ ਏਅਰਬੇਸ ਦੀ ਦੀਵਾਰ ਕਿੰਨੇ ਕੁ ਫਰਕ 'ਤੇ ਆ, ਖੈਰ ਇਹਨੂੰ ਇਹ ਵੀ ਨਹੀਂ ਕਹਿ ਸਕਦੇ ਹੈਗੇ ਕਿ ਇਹ ਗਲਤ ਹੋ ਰਿਹਾ, ਪਰ ਲੋਕਾਂ ਦੇ ਜਜ਼ਬਾਤ ਆਪਣੇ ਤੌਰ 'ਤੇ ਜੁੜੇ ਹੋਏ ਨੇ ਅਤੇ ਇਹਨਾਂ ਜਜ਼ਬਾਤਾਂ ਦੇ ਨਾਲ ਜੇ ਦੇਖੀਏ ਤਾਂ ਜਦੋਂ ਕੰਧ ਏਅਰਬੇਸ ਦੇ ਨਾਲ ਲੱਗਦੀ ਹੋਵੇ ਤਾਂ ਜਿਹੜੇ ਤਾਂ ਪੁਰਾਣੇ ਜਿਹੜੇ ਲੋਕਾਂ ਨੇ ਜੇ ਕਹੀਏ ਕਿ ਉਰੇ ਇਹ ਸਮਾਂ ਦੇਖ ਲਿਆ ਜਾਂ ਇਹ ਚੀਜ਼ਾਂ ਵਰਤਣੀਆਂ ਤਾਂ ਉਹਨਾਂ ਦਾ ਤਾਂ ਠੀਕ ਹੈ, ਪਰ ਦੂਜੇ ਪਾਸੇ ਇਹ ਦੇਖਿਆ ਜਾਵੇ ਤੁਹਾਡੀ ਆ ਮਾਤਾ ਜੀ, ਇਹ ਤੁਹਾਡੀ ਦੁਕਾਨ ਹੈ, ਇਹ
भरोसा दे गए असीं देवांगे सब कुछ करांगे हुण कोई नहीं आंदा जी कोई ना एमसी आ रहा जी ना कुछ नहीं आ रहा जी कोई नहीं आ रहा जी बस जी जिहड़े आए ढाण ओही आ रहे जी हुण तां मुआवजा दिता जाए रैन बसेरा किया जाए साडे मकान ढाए जान पर साडी किसे ने कोई सुनवाई नहीं करी है सीधा ही मतलब नोटिस लगा के भी ढाण आ रहे हैं थोड़े मकान दुकाना बहुत औखा हो जाता जो आपका यह कहते साडिया जमीन लैके ही जो एयरबेस बने ने तो उदू बाद अज हूं इन्हों ढाण की गल हो रही है इन्हों खैर कहते साडिया दुकाना नहीं पर लोग कट्ठे होंगे ने जरूर पर गल यह है भी जी जीते पैंदी है वीडियो थोड़ा अगे भी तस्वीर दिखा देने भी किस तरह के नाल नाल यह ड्राइव चलती है तो वड्डे तौर पर जिवें थोड़ा तस्वीर दिखाइया शुरुआत उतो हुई सी ते हुण आ देखो तुसी हौली हौली कई लोग तो आपका मकान आप ही तोड़ रहे हैं तो आ वड्डा अमला जिहड़ा जिथे तो लोग भी खड़े ने फोर्स खड़ी है नाल ते उन्होंने साफ तौर पर कहता कि जां तां तुसी आप ही खाली कर लो हुण तुसी देखो कि आपका जिहड़ा चौं दे नाल बनाया होया होवे घर बार तां उहदे विच किस तरह के जो आप हथौड़े चलाने पैण तो की हालात बनते हैं तो कहा जा सकता कि लोग ने जोड़े पूरे आए हुए ने ते उन्हां लोकां दे नाल ही यह हालात जिस तरह के बने ने तो ये हौली हौली लोग दे आपदी ते बीत की रही होनी है हुण तुहानूं एक वारी फिर तो मैं दस दिना गा कि तुसीं देखोगे कि जिहड़े लाल रंग दे नंबर ने जिवें ओह परे तुसीं देखो UID 1106 लिखा होया इस तरह के जिहड़े नंबर लगे हुए ने तो यह सारिआं नूं तोड़न दे वास्ते कहता है कि आओ इधर सरकारी अमला जिहड़े ओह साहब ने हालांकि लोग गलबात भी करन आए हुए ने उन्हां नाल पुछ लैणे आ कि कुल किन्ने ने56 रेजिडेंशियल ने 10 कमर्शियल ने जिहड़े रेजिडेंशियल 56 ने ओहदे लई इक पैकेज गवर्नमेंट लेवल ते डिसाइड हो रहा है ਜਿਹੜੇ 10 ਕਮਰਸ਼ੀਅਲ ਹੈ ਉਹਨਾਂ ਲਈ ਕੋਈ ਜਿਹੜਾ ਕੰਪਨਸੇਸ਼ਨ ਦਾ ਕੋਈ ਅਮਾਉਂਟ ਯਾਨੀ ਕਿ 2011 ਤੋਂ ਬਾਅਦ ਜਿਹੜੇ ਬਣੇ ਨੇ ਉਹਨਾਂ ਵਾਸਤੇ ਕੋਈ ਕੰਪਨਸੇਸ਼ਨ ਨਹੀਂ ਉਦੋਂ ਪਹਿਲਾਂ ਨੇ 11 ਤੋਂ ਬਾਅਦ ਵਾਲਿਆਂ ਲਈ ਜਿਹੜੇ 66 ਨੇ 66 ਚੋਂ 56 ਲਈ ਗਵਰਨਮੈਂਟ ਕੰਪਨਸੇਸ਼ਨ ਕੰਸੀਡਰ ਕਰ ਰਹੀ ਹੈ ਤੇ ਡਿਸਾਈਡ ਹੋ ਰਿਹਾ ਹੈ ਕਿ ਕ੍ਰਾਈਟੇਰੀਆ ਕੀ ਬਣਾਇਆ ਜੀ ਤੁਸੀਂ ਉਹ ਦੇਖੋ ਇਹਦਾ ਹਾਈਐਸਟ ਲੈਵਲ ਤੇ ਡਿਸਾਈਡ ਹੋਣਾ ਮੈਂ ਤਾਂ ਬੜਾ ਸਮਾਲ ਫਰਾਈ ਹਾਂ ਤੇ ਜੋ ਆਊਗਾ ਉਹ ਦੱਸੇਗਾ ਬਟ ਇਟ ਇਜ਼ ਗੁੱਡ ਗੁੱਡ ਪੈਕੇਜ ਨੇ ਤਾਂ ਇਹ ਗੱਲ ਕਹਿਤੀ ਸੀ ਵੀ ਸਾਨੂੰ ਕੋਈ ਮਤਲਬ ਨਹੀਂ ਤੁਸੀਂ ਮੁਆਵਜ਼ਾ ਦੇਣਾ ਦਿਓ ਸਾਨੂੰ ਜਗ੍ਹਾ ਖਾਲੀ ਕਰਾ ਕੇ ਦੇ ਆਨਰੇਬਲ ਕੋਰਟ ਨੇ ਤਾਂ ਇਹੀ ਕਿਹਾ ਸੀ ਵੀ ਇੰਟਰਨਲ ਮੈਟਰ ਹੈ ਤੁਹਾਡਾ ਲੇਕਿਨ ਇਹ ਡਿਸਾਈਡ ਹੋ ਚੁੱਕਿਆ ਹੈਗਾ ਆਲਰੇਡੀ ਮਤਲਬ ਇਟ ਇਜ਼ ਨਾਓ ਇਟ ਇਜ਼ ਹਾਈਐਸਟ ਲੈਵਲ ਮੈਂ ਹਾਈਐਸਟ ਲੈਵਲ ਕਹਿ ਰਿਹਾ ਤਾਂ ਮਤਲਬ ਚਲੋ ਜੇ ਹੁਣ ਜਿਹੜੇ ਲੋਕਾਂ ਦੇ ਜਿਵੇਂ ਆਹ ਚਲੋ ਘਰ ਬੰਦਾ ਆਪ ਤੋੜ ਰਿਹਾ ਹੈ ਜਾਂ ਜੇ ਕੋਈ ਹੋਰ ਥੰਮ ਤੇ ਹਾਂਜੀ ਉਹਨਾਂ ਤੇ ਜੇ ਦੇਖਿਆ ਜਾਵੇ ਘਰ ਕਿੰਨੇ ਕਹੇ ਕਿ ਨਹੀਂ ਕੋਈ ਟਾਈਮ ਪੀਰੀਅਡ ਦੇ ਰਹੇ ਉਹਨਾਂ ਨੂੰ ਤੁਸੀਂ ਜਿਵੇਂ ਹੁੰਦਾ ਵੀ ਚਲੋ ਥੋੜਾ ਜਿਹਾ ਜ਼ਿਆਦਾ ਦੇ ਦਿਓ ਮੈਂ ਉਹੀ ਬੇਨਤੀ ਕਰ ਰਿਹਾ ਸੀ ਜਿਹੜੇ ਹੁਣ ਜਿਹੜੇ ਬਾਕੀ ਨੇ ਉਹ ਸਾਰੇ 56 ਦੇ 56 ਰੈਜ਼ੀਡੈਂਟਸ ਨੇ ਤੇ ਲੋਕ 50% ਲੋਕ ਤਾਂ ਆਪ ਐਗਰੀ ਕਰ ਰਹੇ ਨੇ ਵੀ ਅਸੀਂ ਆਪਣੇ ਆਪ ਉਹਨੂੰ ਤੋੜ ਲਾਂਗੇ ਰਾਦਰ ਉਹ ਕਹਿੰਦੇ ਵੀ ਅਸੀਂ ਸਗੋਂ ਪ੍ਰਾਈਵੇਟ ਠੇਕੇਦਾਰ ਲਾ ਕੇ ਉਹਨੂੰ ਤੁੜਵਾ ਲਾਂਗੇ ਤੇ ਬਾਕੀ ਜਿਹੜਾ ਪੈਕੇਜ ਦੀ ਗੱਲ ਮੈਂ ਤੁਹਾਨੂੰ ਦੱਸ ਹੀ ਦਿੱਤੀ ਠੀਕ ਹੈ ਖੈਰ ਕਿਉਂਕਿ ਇਹ ਜਿਹੜਾ ਕਿ ਉਦੋਂ ਬਾਅਦ ਚੀਜ਼ਾਂ ਨੇ ਜਿਹੜੀਆਂ ਡਿਸਾਈਡ ਹੋਣੀਆਂ ਨੇ ਕਹਿੰਦੇ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤੁਸੀਂ ਜੇ ਉਹਨਾਂ 'ਚ ਗੱਲ ਕਰੀਏ ਤਾਂ ਉਰੇ ਆਸੇ ਪਾਸੇ ਲੋਕਾਂ ਦੇ ਵਿੱਚ ਵੀ ਹੜਬੜਾਹਟ ਹੈ ਕਿਉਂਕਿ ਜਿਹੜੇ ਜਿਹੜੇ ਹਿਸਾਬ ਦੇ ਨਾਲ ਹੌਲੀ ਹੌਲੀ ਤੁਸੀਂ ਦੇਖੋ ਕਿ ਹਰ ਕਿਸੇ ਦੇ ਉੱਤੇ ਜਿਹੜੀ ਹੈ ਕਿ ਜਿਵੇਂ ਕਹਿ ਦਈਏ ਕਿ ਨੰਬਰ 'ਤੇ ਵਾਰੀ ਲੱਗਦੀ ਆਉਂਦੀ ਆ ਤਾਂ ਉਹਦੇ ਨਾਲ ਨਾਲ ਲੋਕਾਂ ਨੇ ਆਪ ਤੜਵਾਉਣੇ ਨੇ ਜਿਹੜੇ ਸ਼ੁਰੂ ਕਰਤੇ ਨੇ ਬਿਲਕੁਲ ਤੁਹਾਡਾ ਵੀ ਹੈ ਅਤੇ ਬਹੁਤ ਸਾਰੇ ਲੋਕ ਤਾਂ ਤੁਸੀਂ ਇਹ ਚੀਜ਼ ਪਾਸੇ ਲਾ ਲਓ ਵੀ ਜਿਹੜੇ ਇੱਥੇ ਆ ਰਹੇ ਨੇ ਕਿ ਤੁਹਾਡਾ ਵੀ ਹੈਗਾ ਪਿੱਛੇ ਇਹ ਤੁਸੀਂ ਅੱਛਾ ਵੈਸੇ ਦੇਖਣ ਆਏ ਹੋਵੋਗੇ ਵੀ ਕਿਵੇਂ ਚੱਲ ਰਿਹਾ ਕੰਮ ਕਾਰ
ਜੁਰਗੋ ਇਹ ਜੇ ਦੇਖੀਏ ਜਿਹੜਾ ਇਹ ਕਹਿ ਰਹੇ ਨੇ ਵੀ ਕੰਪਨਸੇਸ਼ਨ ਅਸੀਂ 2011 ਤੋਂ ਪਹਿਲਾਂ ਵਾਲਿਆਂ ਨੂੰ ਦਵਾਂਗੇ, ਉਹਦੇ ਚ ਕੋਈ ਡਿਸਾਈਡ ਹੋਇਆ ਕਿੰਨਾ ਕੁ ਪੈਸਾ ਦੇਣਾ, ਕੀ ਕਰਨਾ, ਕਿਵੇਂ ਹੋਣਾ? ਭੰਬਲ ਭੁੱਸਾ ਜੀ ਬਿਲਕੁਲ ਕੋਈ ਡਿਸਾਈਡ ਨਹੀਂ ਹੋਇਆ ਜੀ ਹੁਣ ਤੱਕ। ਤੁਹਾਨੂੰ ਲਿਖਤੇ ਨਹੀਂ ਆਇਆ? ਨਹੀਂ, ਸਾਨੂੰ ਤਾਂ 24 ਘੰਟਿਆਂ ਦਾ ਨੋਟਿਸ ਮਿਲਿਆ ਜੀ ਕੱਲ ਸਿਰਫ ਵੀ ਇਹ ਮਕਾਨ ਤੁਹਾਡੇ 2500 ਨਹੀਂ ਖਾਲੀ ਕਰਦੇ। ਟੋਟਲ ਕਿੰਨੀ ਕੁ ਆਬਾਦੀ ਦੇ ਲੋਕ ਨੇ ਜਾਂ ਕਿੰਨੇ ਮਕਾਨ ਨੇ ਇਹ? ਪਿੰਡ ਤੋਂ 314 ਮਕਾਨ ਹੈ ਜੀ, ਪਿੰਡ 314 ਜਿਹੜੇ 50 ਸਾਲਾਂ ਤੋਂ ਬਣੇ ਹੋਏ ਮਕਾਨ ਹੈ ਜੀ। ਸਰਕਾਰ ਤੋਂ ਜੀ ਨਗਰ ਕੌਂਸਲ ਜੀਰਕਪੁਰ ਤੋਂ ਨਕਸ਼ੇ ਪਾਸ ਹੋਏ ਹੋਏ ਜੀ, ਸਰਕਾਰੀ ਫੀਸ ਭਰ ਕੇ ਬੀਜੀ ਦੇ ਮੀਟਰ ਲੱਗੇ ਹੋਏ, ਸੀਵਰੇਜ ਪਾਣੀ ਦੇ ਕਨੈਕਸ਼ਨ ਲੱਗੇ ਹੋਏ ਜੀ, ਉਹਦੇ ਬਾਵਜੂਦ ਦੇਖੋ ਧੱਕਾ ਸਰਾਸਰ ਕਿੱਡਾ ਵੱਡਾ ਹੋ ਰਿਹਾ ਸਾਡੇ ਨਾਲ ਜੀ। ਪਰ ਇਹਦੇ ਚ ਇਹ ਗੱਲ ਤਾਂ ਆਪਾਂ ਨੂੰ ਖੈਰ ਜੇ ਕਹੀ ਆਲ ਓਵਰ ਹੀ ਪਤਾ ਵੀ ਜਿੱਥੇ ਏਅਰਬੇਸ ਹੁੰਦਾ ਉੱਥੋਂ ਆਸੇ ਪਾਸੇ ਵਾਲਾ ਏਰੀਆ ਖਾਲੀ ਹੁੰਦਾ, ਪਰ ਗੱਲ ਆ ਜਾਂਦੀ ਹੈ ਵੀ ਉਦੋਂ ਬਾਅਦ ਵਿੱਚ ਜੇ ਤੁਹਾਨੂੰ ਉਨੀ ਮੁਆਵਜ਼ਾ ਜਾਂ ਰਕਮ ਕੋਈ ਦੇ ਦੇਣਾ ਤਾਂ ਫਿਰ ਤੁਸੀਂ ਸਹਿਮਤ ਹੋ? ਨਹੀਂ, ਜਦੋਂ ਪੰਜਾਬ ਸਰਕਾਰ ਨੇ ਜੀ 12 ਮਈ 2023 ਨੂੰ ਮੀਟਿੰਗ ਕੀਤੀ ਮੁੜ ਵਸੇਬਾ ਵਿਭਾਗ ਦੀ ਜੀ, ਮੁੱਖ ਮੰਤਰੀ ਜੀ ਦੀ ਅਗਵਾਈ ਹੇਠ, ਉਹਦੇ ਚ ਕੀ ਫੈਸਲੇ ਲਏ ਗਏ ਸਾਨੂੰ ਤਾਂ ਕੁਛ ਨਹੀਂ ਦੱਸਿਆ ਗਿਆ। ਸਾਡਾ ਮੁੜ ਵਸੇਬਾ ਸਾਡੀ ਨਹੀਂ, ਮੈਂਬਰ ਕੋਈ ਨਹੀਂ ਜੀ, ਕੋਈ ਸਾਡੇ ਨਾਲ ਭੰਬਲ ਭੁੱਸਾ ਕੋਈ ਕਲੀਅਰ ਨਹੀਂ ਜੀ ਸਾਨੂੰ ਗੱਲ। ਸਾਨੂੰ ਘੱਟੋ ਘੱਟ ਹੀ ਦੱਸਿਆ ਜਾਏ ਵੀ ਸਾਡੀ ਜ਼ਮੀਨ ਅਕਵਾਇਰ ਹੋਏਗੀ, ਉਹਦਾ ਕੀ ਮੁਆਵਜ਼ਾ ਮਿਲੇਗਾ, ਸਾਨੂੰ ਰਹਿਣ ਵਾਸਤੇ ਕੀ ਮਿਲੇਗਾ ਜੀ, ਕਿੱਥੇ ਸਾਡਾ ਵਸੇਬਾ ਹੋਏਗਾ। ਸਰਕਾਰ ਵੱਲੋਂ ਕੋਈ ਭਰੋਸਾ ਨਹੀਂ ਹੁਣ ਤੱਕ ਦਿਆ ਗਿਆ। ਭੰਬਲ ਭੁੱਸਾ 24 ਘੰਟੇ ਦੇ ਨੋਟਿਸ, ਇੰਡੀਆ ਦਾ ਕਿਹੜਾ ਸੰਵਿਧਾਨ ਹੈ ਜਿਹੜਾ 24 ਘੰਟੇ ਚ ਨੋਟਿਸ ਦੇ? ਸ਼ਾਮ ਨੂੰ 5 ਵਜੇ ਤੋਂ ਬਾਅਦ 24 ਘੰਟੇ ਦੇ ਨੋਟਿਸ ਦੇ ਸਰਕਾਰ, ਸ਼ਾਮ ਨੂੰ 5 ਵਜੇ ਤੋਂ ਬਾਅਦ ਨੋਟਿਸ ਦੇ ਕੇ ਗਏ, ਸਵੇਰੇ 6 ਵਜੇ ਢਾਣ ਲਈ ਆ ਗਏ। ਦੱਸੋ ਇਹ ਕਿੱਥੇ? ਉਹ ਜਿਹੜੀ ਗੱਲ ਕਹਿ ਰਹੇ ਨੇ ਕਹਿੰਦੇ ਵੀ ਅਸੀਂ ਜਿਹੜੇ 11 ਤੋਂ ਯਾਨੀ ਕਿ ਪਹਿਲਾਂ ਵਾਲੇ ਨੇ ਕਹਿੰਦੇ ਉਹਨਾਂ ਵਾਸਤੇ ਤਾਂ ਕਰ ਰਹੇ ਨੇ, ਕਹਿੰਦੇ ਉਹਦੀ ਹਜੇ ਅਮਾਊਂਟ ਵਗੈਰਾ ਨਹੀਂ। ਮੈਂ ਉਹੀ ਹੈ ਨਾ, ਕਲੀਅਰ ਤਾਂ ਹੋਈ ਨਾ ਜੀ, ਹੱਥ ਪਾਉਣ ਤੋਂ ਪਹਿਲਾਂ ਸਾਡਾ ਆਪਾਂ ਇੱਕਦਮ ਤਾਂ ਐਟ ਏ ਟਾਈਮ ਕੋਈ ਕੁਛ ਨਹੀਂ ਬਣਨਾ, ਜੇ ਸਾਨੂੰ ਮੁਆਵਜ਼ਾ ਮਿਲੇਗਾ ਅਸੀਂ ਆਪਣੇ ਰਹਿਣ ਵਾਸਤੇ ਕੋਈ ਨਾ ਕੋਈ ਬੰਦੋਬਸਤ ਕਰਾਂਗੇ। ਜਿਹੜਾ ਬੰਦਾ ਕੋਈ ਸਮਾਨ ਆਪਣਾ ਚੱਕ ਕੇ ਜਾਏਗਾ ਉਹ ਕਿੱਥੇ ਜਾਏਗਾ, ਕੈਸੇ ਜਾਏਗਾ, ਮਤਲਬ ਜੇ ਉਹਨਾਂ ਨੂੰ ਕੁਛ ਪੈਸਾ ਦੇਣਗੇ ਤਾਂ ਹੀ ਉਹ ਅੱਗੇ ਜਾ ਕੇ ਆਪਣਾ। ਸਾਰੇ ਲੋਕ ਅਜਿਹੇ ਵੀ ਹੋਣੇ ਜਿਨ੍ਹਾਂ ਨੇ ਕਹਿਣ ਦਾ ਮਤਲਬ ਉਦੋਂ ਬਾਅਦ ਚ ਖਰੇ ਘਰ ਖਰੀਦੇ ਹੋਣੇ ਹੈਗੇ, ਜਿਨ੍ਹਾਂ ਦੇ ਪਹਿਲਾਂ ਬਣੇ ਹੋਏ, ਕਿਉਂਕਿ ਕਈ ਲੋਕ ਵਿੱਚ ਵੇਚੇ ਜਾਂਦੇ ਨੇ ਜਾਂ ਕਈ ਅੱਗੇ ਤੋਂ ਅੱਗੇ ਦੇ ਦਿੰਦੇ ਨੇ। ਦੇਖੋ ਜਿਹੜੇ ਬਾਅਦ ਚ ਵੀ ਆ ਉਹਨਾਂ ਨੇ ਕੋਈ ਅਨਲੀਗਲ ਕੰਮ ਨਹੀਂ ਕੀਤਾ, ਉਹਨਾਂ ਦੇ ਰਜਿਸਟਰੀਆਂ ਪਾਸ ਗਵਰਨਮੈਂਟ ਨੇ ਕੀਤੀਆਂ, ਉਹਨਾਂ ਨੇ ਬਣਦੇ ਹੀ ਫੀਸ ਜੋ ਦਿੱਤੀ ਆ, ਪ੍ਰੋਪਰਟੀ ਟੈਕਸ ਨਕਸ਼ੇ ਉਹਨਾਂ ਦੇ ਪਾਸ ਆ, ਪਾਣੀ ਸੀਵਰੇਜ ਦਾ ਬਿੱਲ ਉਹ ਭਰ ਰਹੇ ਆ, ਮਿਊਂਸੀਪਲ ਕੌਂਸਲ ਨੇ ਉੱਥੇ ਪਾਣੀ ਸੀਵਰੇਜ ਸਟਰੀਟ ਲਾਈਟ ਸੜਕਾਂ ਸਾਰਾ ਕੁਝ ਬਣਾ ਕੇ ਦਿੱਤਾ। ਅਗਰ ਅੱਜ ਉਹ ਅਨਲੀਗਲ ਆ ਤਾਂ ਪਹਿਲਾਂ ਲੀਗਲ ਕਿਵੇਂ ਸੀ? ਉਹ ਇੱਕ ਰਾਤ ਇਹਨਾਂ ਨੇ 5 ਵਜੇ ਅਨਾਊਂਸ ਕੀਤੀ ਆ, ਸਵੇਰੇ 6 ਵਜੇ ਢੋਆਈ। ਇੰਡੀਆ ਦੀ ਡੈਮੋਕ੍ਰੇਸੀ ਮੈਨੂੰ ਦੇਖੋ ਕਿਹੜਾ ਕਾਨੂੰਨ ਆ ਜਿਹੜਾ 11 ਘੰਟੇ ਦਾ ਤੁਹਾਨੂੰ ਨੋਟਿਸ, 11 ਘੰਟੇ ਨੋਟਿਸ ਵੀ ਕਿਸੇ ਨੂੰ ਹੁੰਦਾ? 11 ਘੰਟੇ ਰਾਤ ਤੁਸੀਂ ਕਿਆ ਸੰਭਲ ਜਾਓਗੇ? ਕਿਸੇ ਨੂੰ ਕੋਈ ਨੋਟਿਸ ਨਹੀਂ, ਸਰਾਸਰ ਧੱਕੇਸ਼ਾਹੀ ਗਵਰਨਮੈਂਟ ਦੀ ਹੋ ਰਹੀ ਆ। ਪਰ ਇਹਦੇ ਚ ਗੱਲ ਉਹੀ ਆ ਜਾਂਦੀ ਆ ਲੋਕਾਂ ਦੀ ਕਹਿਣੀ ਕਿ ਜੇ ਕੱਲ ਨੂੰ ਸਾਨੂੰ ਕੋਈ ਪਣ ਦਾ ਮੁਆਵਜ਼ਾ ਜਾਂ ਖਰਚਾ ਦਵੇ ਫਿਰ ਤਾਂ ਗੱਲ ਕਿਤੇ ਸਮਝ ਲੱਗਦੀ ਆ, ਪਰ ਤੁਸੀਂ ਦੇਖੋ ਕਿ ਆਸ਼ਿਆਨੇ ਉੱਜਣ ਦੇ ਲਈ ਕਿੱਡੀ ਵੱਡੀ ਤਦਾਦ ਦੇ ਵਿੱਚ ਜਿੱਥੇ ਬੁਲਡੋਜ਼ਰ ਨਾਲ ਫਾਇਰ ਬ੍ਰਿਗੇਡ ਦੀ ਗੱਡੀਆਂ, ਫਿਰ ਜੇ ਕਿਹਾ ਜਾਵੇ ਪੁਲਿਸੀ ਹਮਲਾ ਵੱਡੇ ਤੌਰ 'ਤੇ ਆ, ਅਤੇ ਇਹ ਉਹ ਕਹਿ ਸਕਦੇ ਹਾਂ ਕਿ ਬਰਬਾਦੀ ਉਹਨਾਂ ਘਰਾਂ ਦੀ ਜਿਨ੍ਹਾਂ ਨੇ ਲੋਕਾਂ ਨੇ ਆਸ਼ਿਆਨੇ ਆਪਦੇ ਬਣਾਏ ਆਪਦੀ ਇੱਟਾਂ ਲਾਈਆਂ, ਪਰ ਅੱਜ ਖੁਦ ਜਦੋਂ ਤੋੜਨੀਆਂ ਪੈਂਦੀਆਂ ਨੇ ਤਾਂ ਉਹ ਸਮਝ ਹੀ ਸਕਦੇ ਆ ਵੀ ਇੱਕ ਜਦੋਂ ਆਪਦੀ ਧਰੀ ਇੱਟ ਨੂੰ ਜਦੋਂ ਆਪ ਬੰਦਾ ਖੇਡਦਾ ਅਤੇ ਉਹ ਵੀ ਦੁਖੀ ਮਨ ਦੇ ਨਾਲ ਤਾਂ ਕਾਲਜੇ ਕਿਵੇਂ ਚੀਰ ਪੈਂਦਾ, ਉਹ ਚੀਜ਼ ਸਮਝੀ ਜਾ ਸਕਦੀ ਹੈ। ਵੀਡੀਓ ਜਰਨਲਿਸਟ ਜਗਦੀਸ਼ ਦੇ ਨਾਲ ਸੁਖਮਿੰਦਰ ਰੋਜ਼ਾਨਾ ਸੁਖਮਿੰਦਰ ਟੀਵੀ ਜੀਰਕਪੁਰ।